ਤੇ ਅੱਬੂ ਨੂੰ ਬੁਖਾਰ ਚੜਿਆ ਵਾ ਤੇ ਅੱਬੂ ਪਏ ਆ, ਧਾਰਾ ਧੁਰਾ ਕੱਢ ਕੇ ਆ ਗਏ ਵਾ ਤੇ ਗੋਹਾ ਵੀ ਲੱਦਿਆ ਆਇਆ ਵਾ, ਤੇ ਬਾਕੀ ਹੁਣ ਰੋਟੀ ਰੋਟੀ ਖਾਂਦਾ ਵਾ ਤੇ ਪਾਣੀ ਪੂਣੀ ਡਾ ਕੇ ਲੈ ਕੇ ਜਾਂਦਾ ਵਾ ਰੱਬੇ ਮੱਝ। ਬਾਕੀ ਦੇਖਦਾ ਹੁਣ ਕਿਸ ਹਾਲਤ ਬਣਦਾ, ਅੱਬੂ ਦੇ ਸੁੱਤੇ ਪਏ ਬੁਖਾਰ ਚੜਿਆ ਵਾ, ਤੇ ਬਾਕੀ ਆ ਕੇ ਦੇਖਦੇ ਦਵਾਈ ਲੈਣ ਜਾਂਦੇ ਆ ਕਿ ਨਹੀਂ, ਜਾ ਕੇ ਫਿਰ ਦਵਾਈ ਲਿਆ ਦੀ ਅੱਬੂ ਨੂੰ। ਅੱਛਾ ਤੇ ਪਾਣੀ ਪੂਣੀ ਡਾਉਂਦਾ ਵਾ, ਗੋਹਾ ਲੱਦ ਗਿਆ ਸੀ ਅੱਗੇ ਤੇ ਬਾਕੀ ਅੰਦਰ ਵੈਪਰ ਵੂਪਰ ਮਾਰਿਆ ਵਾ, ਤੇ ਹੁਣ ਪਾਣੀ ਪੂਣੀ ਡਾਉਂਦਾ ਵਾ ਤੇ ਬਾਕੀ ਪੱਲੀਆਂ ਪੁੱਲੀਆਂ ਬੰਨਦਾ ਵਾ, ਤੇ ਇੱਕ ਰੱਸਾ ਤੇ ਆ ਪਿਆ ਵਾ, ਬਾਕੀ ਪੱਲੀਆਂ ਉੱਪਰਾਂ ਪਈਆਂ ਨੇ ਤੋੜੀ ਕੋ, ਤੇ ਤੋੜੀ ਦਾ ਤੇ ਅੱਜ ਸਰ ਜਾਣਾ ਵਾ, ਭਰੀ ਪੂਰੀ ਪਈ ਆ, ਰਹਿਣ ਦਿੰਦੇ ਲਿਆਉਣ ਨੂੰ, ਪਰ ਖੋਲੀ ਜਿਤ ਨਹੀਂ ਹੈ, ਖੋਲੀ ਤੇ ਖਾਲੀ ਪਈ ਆ, ਤੇ ਬਾਕੀ ਉਹਨਾਂ ਨੂੰ ਪਾਣੀ ਪੂਣੀ ਡਾਲ ਲਓ। ਹੁਣ ਤਾਂ ਡਾਲਤਾ ਵਾ, ਹੁਣ ਰਹਿ ਗਿਆ ਆਹ ਜਿਹੜੇ ਬਾਲਟੀ ਵਾਲੇ, ਜਿਹਨਾਂ ਨੂੰ ਬਾਲਟੀ ਚੜਾਉਣਾ, ਤੇ ਬਾਕੀ ਉਹਨਾਂ ਨੂੰ ਪਾਣੀ ਡਾਲ ਕੇ ਮਿਲਦਾ। ਡਾਲਤਾ ਵਾ, ਹੁਣ ਰਹਿ ਗਿਆ ਆਹ ਜਿਹੜੇ ਬਾਲਟੀ ਵਾਲੇ, ਜਿਹਨਾਂ ਨੂੰ ਬਾਲਟੀ ਚੜਾਉਣਾ, ਤੇ ਬਾਕੀ ਉਹਨਾਂ ਨੂੰ ਪਾਣੀ ਡਾਲ ਕੇ ਮਿਲਦਾ। 2 hours later. ਪਾਣੀ ਪੂਣੀ ਡਾਲਤਾ ਵਾ ਤੇ ਬਾਲਟੀ ਇੱਥੇ ਰੱਖਦੀ ਆ, ਫਿਰ ਮੈਂ ਕਾਹਲੀ ਕਾਹਲੀ ਵਿੱਚ ਹੀ ਬਿਸਤਰਾ ਜਾ ਕੇ ਉੱਥੇ ਰੱਖਿਆ, ਤੇ ਆ ਮੰਜੀ ਇੱਧਰ ਡਿੱਗ ਗਈ, ਇੱਕੋ ਵਾਰੀ ਖੜੀ ਕੀਤੀ ਸੀ ਇੱਥੇ, ਇੱਦਾਂ ਮੈਂ ਤਾਂ ਨੂੰ ਇੱਧਰ ਨੂੰ ਜਾ ਪਈ ਹੈ, ਤੇ ਤੁਮਸੇ ਨਾ ਹੋ ਪਾਏਗਾ। ਕਿ ਹੁਣ ਮੈਂ ਬਾਲਟੀ ਰੱਖਤੀ ਆ ਤੇ ਪਾਣੀ ਪੂਣੀ ਡਾਹ ਹੋ ਗਿਆ, ਹੁਣ ਮੈਂ ਬੰਨਦਾ ਪੱਲੀਆਂ ਪੱਲੀਆਂ, ਤੇ ਪੱਲੀਆਂ ਪੱਲੀਆਂ ਬੰਨ ਕੇ ਚੱਲਦਾ ਮੈਂ ਅੱਬੇ, ਤੇ ਫਿਰ ਚੱਲਦਾ ਮੈਂ ਅੱਬੇ, ਤੋੜੀ ਤਾਂ ਨਹੀਂ ਅੱਜ ਲਿਆਉਣੀ ਹੈਗੀ, ਤੇ ਬਾਕੀ ਫਿਰ ਰੱਬੇ ਮੈਂ ਜਾ ਕੇ ਰੱਬੇ ਦਾ ਗੋਹਾ ਲਾਦਾ ਵਾ, ਹੁਣ ਮੈਂ ਇਹਨਾਂ ਨੂੰ ਛੱਡਦਾ ਵਾਂ ਤੇ ਨਾਲੇ ਪੱਲੀਆਂ ਪੁੱਲੀਆਂ ਬੰਨਦਾ ਵਾਂ, ਤੇ ਪੱਲੀਆਂ ਪੁੱਲੀਆਂ ਬੰਨ ਕੇ ਮਿਲਦਾ ਭਾਜੀ ਰੱਬੇ ਆ ਗਿਆ ਵਾ, ਤੇ ਮਜ਼ਾ ਆਉਣੀ ਆ ਅੱਗੇ, ਰੇੜੀ ਤੇ ਬੱਚੇ ਇੱਥੇ ਪਾਲਾ, ਬੱਚੇ ਇੱਕ ਬੱਚਾ ਪਾਲੀ ਸਾਈਡ ਦੇ ਬੰਨੇ ਆ, ਉਹਦਾ ਤੰਗ ਕਰਦਾ ਜੇ ਛੱਡ ਕੇ ਲਿਆਉਣਾ ਮੱਝ ਨਾਲ, ਤੇ ਬਾਹਰ ਭੱਜ ਪੈਂਦਾ ਮੋਟਰਸਾਈਕਲ ਅੱਗੇ ਲੱਗ ਕੇ, ਤੇ ਜਾਂ ਮੱਝਾਂ ਨਾਲ ਲੜਾਈ ਕਰਨ ਲੱਗ ਪੈਂਦਾ, ਤੇ ਬਾਕੀ ਹੁਣ ਚੱਲਦਾ ਵਾਂ ਤੇ ਜਾ ਕੇ ਇਹਨਾਂ ਨੂੰ ਬੰਨ ਕੇ, ਤੇ ਗੋਹਾ ਗੋਹਾ ਲਾਉਂਦਾ ਵਾਂ, ਅਤੇ ਫਿਰ ਆ ਗੋਹਾ ਲਾਉਂਦਾ ਵਾਂ, ਬਾਕੀ ਅੱਜ ਤਾਂ ਅੱਬੂ ਤਾਂ ਆਏ ਨਹੀਂ, ਅੱਜ ਆਪ ਹੀ ਸਾਰਾ ਕੰਮ ਕਰਨਾ ਪੈਂਦਾ। ਬਣਦੀ ਆ ਸਾਰੀ, ਤੇ ਹੁਣ ਲਾਦਾ ਜਿਹੜਾ ਗੋਹਾ, ਬਾਕੀ ਗੋਹਾ ਗੋਹਾ ਲਾਦਾ, ਤੇ ਫਿਰ ਚੱਲਦੇ ਹਾਂ ਅੱਗੇ, ਗੋਹੇ ਲੱਦ ਲਿਆ ਵਾ ਤੇ ਹੁਣ ਲੱਗਾ ਲਾਉਣ, ਤੇ ਬਾ ਗੋਹਾ ਗੋਹਾ ਲਾ ਕੇ ਮਿਲਦੇ ਆ ਰੇਹੜੀ ਸਾਫ਼ ਕਰਕੇ, ਬਾਕੀ ਗੋਹਾ ਗੋਹਾ ਲਾਤਾ ਉੱਥੇ, ਤੇ ਪੱਲੀਆਂ ਪੱਲੀਆਂ ਰੱਖ ਲਈਆਂ ਵਾ ਉੱਤੇ, ਬਾਕੀ ਹੁਣ ਮੱਛਣ ਲਈ ਚੱਲਦਾ ਅੱਗੇ, ਤੇ ਜਾ ਕੇ ਪਹਿਲਾਂ ਕਮਾਦ ਵੱਢ ਲੈਂਦਾ ਵਾਂ, ਤੇ ਬਾਅਦ 'ਚ ਫਿਰ ਪੱਠੇ ਪੁੱਠੇ ਵੱਢਦਾ ਵਾਂ, ਅਤੇ ਬਾਕੀ ਹੁਣ ਪਹਿਲਾਂ ਅੱਗੇ ਚੱਲਦਾ ਵਾਂ, ਫਿਰ ਜਾ ਕੇ ਕਮਾਦ ਵੱਢ, ਕਮਾਦ ਕਮੂਦ ਤਾਂ ਵੱਢਿਆ ਗਿਆ ਵਾ, ਅਤੇ ਇੱਕ ਭਰੀ ਰਹਿ ਗਈ ਹੋਰ 3 ਕਾਨੀਆਂ ਵਾ, ਅਤੇ ਫਿਰ ਹੁਣ ਕਮਾਦ ਲੱਦ ਕੇ ਮਿਲਦਾ ਵਾਂ, ਕਮਾਦ ਲੱਦ ਲਿਆ ਵਾ ਅਤੇ ਪਾਲੀ ਸਾਈਡ ਤੋਂ ਘੁਮਾ ਕੇ ਲਿਆਇਆ ਵਾਂ, ਅਤੇ ਸੜਕ ਤੋਂ ਜੇ ਮੋੜੋ ਅਤੇ ਫਿਰ ਇੱਧਰ ਕਣਕ 'ਚ ਵੱਢ ਜਾਂਦਾ, ਇਸ ਕਰਕੇ ਨਾ ਮੈਂ ਉੱਧਰੋਂ ਲਿਆਇਆ ਵਾਂ ਮੈਨੂੰ ਘੁਮਾ ਕੇ, ਪੱਠੇ ਪੱਠੇ ਵੱਢ ਲਏ। ਚੀਟਿੰਗ ਕਰਤਾ ਹੈ ਤੂੰ, ਚੀਟਿੰਗ 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 ਕਰਤਾ ਹੈ ਤੂੰ। ਇੱਕ ਵਾਰੀ ਸੁੱਟ ਦਈਏ ਅਤੇ ਬਾਕੀ 3 ਬਣੀਆਂ ਰਹਿੰਦੀਆਂ ਵਾਂ, ਉਹ ਮੈਂ ਲਿਆ ਕੇ ਸੁੱਟਦਾ ਵਾਂ, ਅਤੇ ਫਿਰ ਚੱਲਦੇ ਹਾਂ ਘਰ ਨੂੰ, ਅਤੇ ਬਾਕੀ ਅੱਬੂ ਨੇ ਚੁਕਾਈ ਭਰੀ ਮੈਨੂੰ, ਅਤੇ ਅੱਬੂ ਵੀ ਆ ਗਿਆ, ਕਹਿੰਦੇ ਪੱਠੇ ਪੁੱਠੇ ਤੈਨੂੰ ਮੈਂ ਚੁਕਾ ਦਿੰਦਾ ਵਾਂ, ਇਕੱਲਾ ਔਖਾ ਹੋਊਂਗਾ, ਭੇਜੀ ਆ ਗਏ ਆ ਅਤੇ ਹਾਂ।
ਅੱਬੂ ਪੈਰ ਧੋਂਦੇ ਆ ਅਤੇ ਬਾਕੀ ਹੁਣ ਪੱਠੇ ਪੱਠੇ ਲਾਉਂਦਾ ਵਾਂ ਅਤੇ ਫਿਰ ਕੁਤਰਦੇ ਹਾਂ ਅਤੇ ਉਹ ਜਿਹੜਾ ਲੱਤਾਂ 'ਚ ਪੱਠੇ ਵੇ ਇੱਧਰ ਨੂੰ ਕਰ ਦਿੰਦਾ ਵਾ ਅਤੇ ਬਾਕੀ ਦਾਤਾ ਦੁਤਾ ਲਾ ਲਿਆ ਵਾ ਪੱਲੀਆਂ ਪੁੱਲੀਆਂ ਵੀ ਲਾ ਲਈਆਂ ਬੋਰੇ ਦੇ ਵਿੱਚ ਅਤੇ ਹੁਣ ਪੱਠੇ ਪੁੱਠੇ ਲਾ ਕੇ ਫਿਰ ਉਹਨੂੰ ਕੁਤਰਦਾ ਰੇਤੀ ਵੀ ਮਾਰਦਾ ਬਾਅਦ 'ਚੋਂ ਅਤੇ ਪਹਿਲਾਂ ਪੱਠੇ ਲਾ ਲਵਾਂ ਫਿਰ ਲੱਤਾਂ 'ਚ ਪੱਠੇ ਕੱਢਦਾ ਵਾਂ ਰੇੜੀ ਕੱਢਦੀ ਹੈ ਬਾਹਰ ਅਤੇ ਹੁਣ ਕੁਤਰਦਾ ਪੱਠੇ ਅਤੇ ਇਹਨੇ ਟੰਗਾਂ ਟੁੰਗਾਂ ਸਾਫ਼ ਕਰ ਦੇਵਾਂ ਬਾਕੀ ਰੇਤੀ ਵੀ ਮਾਰ ਦਿੱਤੀ ਹੈ ਅਤੇ ਚੈੱਕ ਕਰ ਲਿਆ ਇੱਕ ਵਾਰੀ ਤਿੱਖਾ ਕਰ ਦਿੱਤਾ ਵਾ ਅਤੇ ਬਾਕੀ ਹੁਣ ਕੁਤਰਦੇ ਹਾਂ ਪੱਠੇ ਬਾਹਰ ਤਾਂ ਸੀਟ ਰੈਸਟ ਲੈ ਕੇ ਜਾਂਦੇ ਆ ਸ਼ਾਮ ਦੀ ਕਿਤੇ ਅਤੇ ਇਹ ਕਿੱਥੇ ਚੱਲਿਆ ਇਸ ਟਾਈਮ ਹੁਣ ਲੱਗਦਾ ਆਇਆ ਵਾ ਅੰਦਰ ਕਰਨ ਲੱਗਾ ਰੈਸਟ ਅਤੇ ਬਾਕੀ ਹੁਣ ਮੈਂ ਮਿਲਦਾ ਪੱਠੇ ਪੁੱਠੇ ਕੁਤਰ ਕੇ ਪੱਠੇ ਪੁੱਠੇ ਕੁਤਰ ਦਿੱਤੇ ਆ ਅਤੇ ਹੁਣ ਬਾਹਰ ਲੱਗਾ ਵੈਪਨ ਮਾਰਨ ਆ ਜਿੱਥੇ ਪੱਠੇ ਡਿੱਗੇ ਹਨ ਇਹ ਸਾਰੇ ਵੈਪਨ ਮਾਰ ਇਕੱਠਾ ਕਰ ਦਿੰਦਾ ਵਾ ਅਤੇ ਆ ਫਟੇ ਫਟੇ ਜਾ ਕੇ ਇੱਧਰ ਆ ਦਿੰਦਾ ਵਾ ਅਤੇ ਬਾਕੀ ਇਕੱਲੇ ਬੰਦੇ ਕੋਲ ਔਖੇ ਹੁੰਦਾ ਪੱਠੇ ਕੁਤਰਨਾ ਬਾਕੀ ਅੱਬੂ ਕਹਿੰਦੇ ਸੀ ਕਤਰਾ ਦਿੰਦਾ ਵਾ ਮੈਂ ਕਹਿੰਦੀ ਤੁਸੀਂ ਰਹਿਣ ਦਿਓ ਮੈਂ ਆਪੇ ਕੁਤਰ ਲੈਂਦਾ ਵਾ ਅਤੇ ਬਾਕੀ ਹੁਣ ਦੇਖਦੇ ਹਾਂ ਵੈਪਰ ਉੱਪਰ ਵੱਜ ਗਿਆ ਅਤੇ ਇੱਥੇ ਕਰਤੇ ਪੱਠੇ ਇਕੱਠੇ ਇਹ ਜੇ ਤੁਹਾਨੂੰ ਗੋਹਾ ਗੋਹਾ ਲੱਦਣਾ ਫਿਰ ਥੱਲੇ ਸੁੱਟ ਲਵਾਂਗੇ ਰੇੜੀ 'ਤੇ ਬਾਕੀ ਫੱਟੇ ਇੱਧਰ ਰੱਖ ਦਿੱਤੇ ਅਤੇ ਆਹ ਫੱਟਾ ਹੈ ਨਾ ਵੱਛੇ ਨੇ ਤੋੜ ਦਿੱਤਾ ਸੀਗਾ ਆਹ ਜਿਹੜਾ ਫੱਟਾ ਨਿੱਕਾ ਲਾਲ ਵੱਛਾ ਉਹਨੂੰ ਬੰਨਿਆ ਸੀ ਫੱਟੇ ਨਾਲ ਰੇੜੀ ਦੇ ਨਾਲ ਪਿੱਛੇ ਉਹਨੇ ਜ਼ੋਰ ਮਾਰਿਆ ਫੱਟਾ ਤੋੜ ਦਿੱਤਾ ਇਹਦਾ ਅੱਧਾ ਹਿਸਾਬ ਪਿਆ ਇਹ ਲਿਆਈਦਾ ਨਹੀਂ ਮੁਰੱਬੇ ਨੂੰ ਅਤੇ ਬਾਕੀ ਹੁਣ ਦੇਖਦੇ ਆ ਪੱਠੇ ਪੱਠੇ ਕੁਤਰ ਹੋ ਗਏ ਆ ਪੈਰ ਪੁਰ ਧੋ ਲਵਾਂ ਗੰਦੇ ਹੋਏ ਆ ਅਤੇ ਬਾਕੀ ਕੋਟ ਵੀ ਇੱਥੇ ਵਿਆਹ ਵੀ ਲੈ ਚੱਲਦਾ ਨਾਲ ਹੀ ਦਾਤਲ 'ਚ ਰਹਿਣ ਪਏ ਸ਼ਾਮ ਨੂੰ ਬਾਹਰ ਕੱਢ ਦਾਂਗੇ ਬਾਕੀ ਪੱਠੇ ਪਾ ਤੇ ਆ ਅਤੇ ਮੈਂ ਇੱਧਰ ਕਰਤੀ ਆ ਅੱਛਾ ਕਰਤਾ ਉੱਥੇ ਬਾਕੀ ਹੁਣ ਡਿੱਕਦੇ ਅੱਬੂ ਕਿੰਨੀ ਦੇਰ ਤੱਕ ਆਉਂਦੀ ਮੱਝਾਂ ਲੈਣ ਗਏ ਆ ਅਤੇ ਅੱਬੂ ਮੱਝਾਂ ਮੱਝਾਂ ਲੈਣ ਫਿਰ ਬੰਨ ਕੇ ਚੱਲਦੇ ਹਾਂ ਘਰ ਨੂੰ ਬਾਕੀ ਮੱਝਾਂ ਆ ਗਈਆਂ ਵਾ ਅਤੇ ਬੰਨ ਦਿੱਤੀਆਂ ਬਾਕੀ ਅੱਬੂ ਚੱਲ ਕੇ ਘਰ ਨੂੰ ਅਤੇ ਹੁਣ ਮੈਂ ਵੀ ਘਰ ਨੂੰ ਚੱਲਦਾ ਹਾਂ ਅਤੇ ਠਹਿਰ ਕੇ ਆਉਂਦੇ ਹਾਂ ਆ ਕੇ ਫਿਰ ਪੱਠੇ ਪੱਠੇ ਪਾ ਕੇ ਪਾਣੀ ਲਾ ਕੇ ਧਾਰਾਂ ਕੱਢਦੇ ਬਾਕੀ ਉਹ ਝਾਤੀਆਂ ਮਾਰਨ ਲੱਗਾ ਆਪਣੇ ਘਰ ਹੀ ਮਰਨਾ ਕਿਆ ਭੋਸੜੀ ਕੇ ਮਰਨਾ ਤੇਰੇ ਕੋ ਡਰ ਨਹੀਂ ਲੱਗਦਾ ਅਤੇ ਬਾਕੀ ਹੁਣ ਮੈਂ ਚੱਲਦਾ ਘਰ ਪਾਣੀ ਲਾਉਂਦੇ ਹਾਂ ਅਤੇ ਬਾਕੀ ਪਾਣੀ ਪੂਣੀ ਲਾ ਕੇ ਮਿਲਦਾ ਵਾ ਅਤੇ ਅੱਬੂ ਜੀ ਹੈਗੇ ਅੱਬੂ ਗਾਈ ਧਾਰ ਕੱਢਣ ਦੇ ਅਤੇ ਮੈਂ ਮਾਝੀ ਦੀ ਕੱਢਣ ਲੱਗਾ ਵਾ ਅੱਛਾ ਅਤੇ ਇੱਕ ਮੱਝ ਰਹਿ ਗਈ ਆ ਉਹਦੀ ਧਾਰ ਕੱਢ ਕੇ ਅਤੇ ਫਿਰ ਚੱਲਦੇ ਹਾਂ ਘਰ ਨੂੰ ਅਤੇ ਬਾਕੀ ਮੈਂ ਬਹੁਤ ਤਾਂ ਨਹੀਂ ਬਣਾਉਂਦੇ ਫਿਰ ਵਲੋਗ ਵਲੋਗ ਵੱਡਾ ਬਹੁਤ ਹੋ ਜਾਂਦਾ ਇਸ ਕਰਕੇ ਨਾ ਫਿਰ ਥੋੜ੍ਹੇ ਥੋੜ੍ਹੇ ਗ੍ਰੇਪੀ ਬਣਾਉਂਦੇ ਹਾਂ ਨਹੀਂ ਤਾਂ ਫਿਰ 20 ਮਿੰਟਾਂ ਦਾ 12 ਮਿੰਟਾਂ ਦਾ ਹਿਸਾਬ ਨਾਲ ਬਣ ਜਾਂਦਾ ਸ਼ਾਬਾਸ਼ ਬੇਟਾ ਬਹੁਤ ਬੜੀਆ ਮੁੰਡਾ ਹਵੇਲੀ ਆ ਗਿਆ ਅਤੇ ਲੈਟ ਵੀ ਬਾਹਲੀ ਬਣਦੀ ਆ ਅਜੇ ਤਾਂ ਬਾਕੀ ਇਹਨਾਂ ਨੂੰ ਠਾਲ ਲਵਾਂ ਮੈਂ ਕਿਹਾ ਛਾਪ ਛੂਪ ਕਰ ਲੈਣ ਬਾਕੀ ਆਹ ਲਾਈਟ ਬੰਦ ਕਰ ਗਿਆ ਸੀਗਾ ਕਿਉਂਕਿ ਟਾਈਮ ਨਹੀਂ ਚੱਲ ਗਏ ਸੀਗੇ ਅਤੇ ਬਾਹਰਲੀ ਬੱਤੀ ਨਹੀਂ ਲਾਈ ਮੈਂ ਅੰਦਰ ਹੀ ਬਾਲ ਗਿਆ ਸੀਗਾ ਅਤੇ ਬਾਕੀ ਹੁਣ ਮੈਂ ਤਰਪਾਲ ਲਾ ਲਵਾਂ ਠੰਡ ਬੜੀ ਹੋ ਗਈ ਇੱਕੋ ਵਾਰੀ ਪਤਾ ਠੰਡ ਜਾਣੀ ਹੈ ਹੁਣ ਇਸ ਕਰਕੇ ਕੋਈ ਠੰਡ ਆਈ ਜਾਂਦੀ ਹੈ ਮਸਤ ਜੋਕ ਮਾਰ ਯਾ ਹੱਸ ਰਿਹਾ ਹਲਕਾ ਹੱਸ ਬਾਕੀ ਤਰਪਾਲ ਲੱਗ ਗਈ ਹੈ ਅਤੇ ਡਰੰਮ ਹੀ ਰੱਖਦਾ ਇੱਥੇ ਜਿਹੜਾ ਅੰਦਰ ਰੱਖਿਆ ਸੀਗਾ ਬਾਕੀ ਹੁਣ ਇਹ ਪਿਸ਼ਾਬ ਸ਼ੋ ਕਰ ਲੈਣਾ ਅੰਦਰ ਕਰਦਾ ਵਾ ਮੈਂ ਦਿਖਾ ਦੀਆਂ ਮੱਝਾਂ ਅੰਦਰ ਕਰਤੀਆਂ ਅਤੇ ਬਾਕੀ ਅੱਬੂ ਤਾਂ ਹਜੇ ਤੱਕ ਨਹੀਂ ਆਏ ਹੁਣ ਪਾਉਂਦਾ ਇਹਨਾਂ ਨੂੰ ਪੱਠੇ ਅਤੇ ਬਾਕੀ ਪੱਠੇ ਪੱਠੇ ਪਾ ਕੇ ਚੱਲਦਾ ਘਰ ਨੂੰ ਬਾਕੀ ਜੇ ਨਹੀਂ ਆਏ ਅੱਬੂ ਫਿਰ ਮੈਂ ਗੋਹਾ ਗੋਹਾ ਵੀ ਚੱਕ ਕੇ ਜਾਊਂਗਾ ਹੁਣ ਪੱਠੇ ਪਾ ਲਊ ਬਾਕੀ ਅੱਬੂ ਨੇ ਵੀ ਪ੍ਰੈਂਕ ਕਰਤਾ ਮੈਂ ਇਹਨਾਂ ਪੱਠੇ ਪੱਠੇ ਤਾਂ ਪਾਤੇ ਮੈਂ ਅਤੇ ਹਜੇ ਤੱਕ ਨਹੀਂ ਆਏ ਹੈਗੇ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਅਤੇ ਬਾਕੀ ਮੱਝਾਂ ਅੰਦਰ ਹੁਣ ਗੋਹਾ ਇਕੱਠਾ ਕਰਕੇ ਮੈਂ ਘਰ ਨੂੰ ਚੱਲਦਾ ਵਾਂ ਅਤੇ ਬਾਕੀ ਹੁਣ ਵਲੌਗ ਦਾ ਸਹੀ ਤਰ੍ਹਾਂ ਇੱਥੇ ਐਂਡ ਕਰਦੇ ਹਾਂ
ਤੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ।